ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਅੱਜ ਦੀਆਂ ਕੁਝ ਖਾਸ ਖਬਰਾਂ। ਕਾਰ ਤੇ MLA ਦਾ ਪੁੱਤਰ ਲਿਖਵਾਉਣ ਤੇ ਮਾਮਲੇ ਤੇ ਅਕਾਲੀ ਵਿਧਾਇਕ ਨੂੰ ਨੋਟਿਸ। ਵਿਧਾਨ ਸਭਾ ਦਿੱਲੀ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਵੀਰਵਾਰ ਨੂੰ ਅਕਾਲੀ ਦਲ ਦੇ ਨੇਤਾ ਤੇ ਭਾਜਪਾ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੂੰ ਅਪਮਾਨਜਨਕ ਟਵੀਟ ਕਰਨ ਤੇ ਨੋਟਿਸ ਜਾਰੀ ਕੀਤਾ ਹੈ। ਗੋਇਲ ਨੇ ਸਿਰਸਾ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ 7 ਦਿਨਾਂ ਦੇ ਅੰਦਰ ਅੰਦਰ ਮਾਫ਼ੀ ਨਾ ਮੰਗੀ ਤਾਂ ਉਹਨਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦਰਅਸਲ ਸਿਰਸਾ ਨੇ ਬੀਤੀ ਦਿਨੀ ਟਵੀਟ ਕੀਤੀ ਸੀ ਕਿ ਇੱਕ ਕਾਰ ਜਿਸ 'ਤੇ MLA ਦਾ ਪੁੱਤਰ ਨਾਂ ਦੀ ਤਖ਼ਤੀ ਲੱਗੀ ਹੋਈ ਸੀ ਉਹ ਸਪੀਕਰ ਦੇ ਪੁੱਤਰ ਦੀ ਸੀ, ਪਰ ਸਪੀਕਰ ਦੇ ਵਕੀਲ ਨੇ ਦੱਸਿਆ ਕਿ ਸਿਰਸਾ ਵੱਲੋਂ ਦਿਖਾਈ ਗਈ ਕਾਰ ਨਾਲ ਸਪੀਕਰ ਦਾ ਕੋਈ ਸੰਬੰਧ ਨਹੀਂ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਮੁਵਕਿਲ ਖਿਲਾਫ਼ ਝੂਠੇ ਦੋਸ਼ ਲਾਏ ਗਏ ਹਨ ਜਿਸ ਨਾਲ ਉਹਨਾਂ ਦਾ ਅਕਸ਼ ਖਰਾਬ ਹੋ ਸਕੇ। ਬੇਅਦਬੀ ਮਾਮਲਿਆਂ 'ਤੇ ਅਕਾਲੀ ਦਲ ਨੂੰ ਪੁੱਠਾ ਪਿਆ ਐਕਸ਼ਨ। ਸ਼੍ਰੋਮਣੀ ਅਕਾਲੀ ਦਲ ਨੂੰ ਬੇਅਦਬੀ ਮਾਮਲਿਆਂ ਦੀ ਜਾਂਚ ਬਾਰੇ CBI ਦੀ ਕਲੋਜ਼ਰ ਰਿਪੋਰਟ 'ਤੇ ਐਕਸ਼ਨ ਪੁੱਠਾ ਪੈਂਦਾ ਨਜ਼ਰ ਆ ਰਿਹਾ ਹੈ। ਅਕਾਲੀ ਦਲ ਨੇ ਕੋਰ ਕਮੇਟੀ ਦੀ ਮੀਟਿੰਗ ਸੱਦ ਕੇ ਇਸ ਮੁੱਦੇ 'ਤੇ ਕਾਂਗਰਸ ਨੂੰ ਘੇਰਨ ਦੀ ਰਣਨੀਤੀ ਘੜੀ ਸੀ। ਇਸ ਦੇ ਨਾਲ ਹੀ ਬੇਅਦਬੀ ਮਾਮਲਿਆਂ 'ਤੇ ਸੰਘਰਸ਼ ਵਿੱਢ ਕੇ ਸਿਆਸਤ ਦਾ ਪਾਸਾ ਹੀ ਪਲਟਣ ਦੀ ਕੋਸ਼ਿਸ਼ ਕੀਤੀ ਸੀ। ਹੁਣ ਇਹ ਮਾਮਲਾ ਉਲਟਾ ਪੈਂਦਾ ਨਜ਼ਰ ਆ ਰਿਹਾ। ਕੈਪਟਨ ਸਰਕਾਰ ਨੇ ਖੁਦ ਹੀ CBI ਨੂੰ ਜਾਂਚ ਜਾਰੀ ਰੱਖਣ ਲਈ ਕਹਿਣ ਦਾ ਪੈਂਤੜਾ ਚੱਲਿਆ ਹੈ। ਕੈਪਟਨ ਖਿਲਾਫ਼ ਕੇਸ ਦੀਆਂ ਫਾਈਲਾਂ ਗਾਇਬ, ਅਫਸਰ ਕਰ ਰਹੇ ਸਿੱਧੂ ਨਾਲ ਰਾਬਤਾ। ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਤੋਂ ਵਾਪਸ ਲਏ ਸਥਾਨਕ ਸਰਕਾਰਾਂ ਵਿਭਾਗ ਵਿੱਚ ਨਵਾਂ ਪੁਆੜਾ ਪੈ ਗਿਆ ਹੈ। ਸੂਤਰਾਂ ਮੁਤਾਬਕ ਵਿਭਾਗ 'ਚੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸੰਬੰਧਿਤ ਕੁਝ ਫਾਈਲਾਂ ਗੁੰਮ ਹੋ ਗਈਆਂ ਨੇ। ਇਹਨਾਂ ਵਿੱਚ ਇੱਕ ਫਾਈਲ ਲੁਧਿਆਣਾ ਸਿਟੀ ਸੈਂਟਰ ਘੁਟਾਲੇ ਨਾਲ ਸੰਬੰਧਿਤ ਹੈ। ਇਸ ਕੇਸ ਵਿੱਚ ਕੈਪਟਨ ਦਾ ਵੀ ਨਾਂ ਬੋਲਦਾ ਹੈ। ਬਰਗਾੜੀ ਵਿੱਚ ਨਵਾਂ ਕਾਂਡ, ਸਿੱਖ ਨੌਜਵਾਨ 'ਤੇ ਚੱਲੀਆਂ ਗੋਲੀਆਂ। ਨੌਜਵਾਨ ਦੀ ਪਛਾਣ ਪ੍ਰਿਤਪਾਲ ਸਿੰਘ ਵਜੋਂ ਕੀਤੀ ਹੋਈ ਹੈ। ਜਾਣਕਾਰੀ ਮੁਤਾਬਕ ਜਿਸ ਸਮੇਂ ਘਟਨਾ ਵਾਪਰੀ ਉਸ ਸਮੇਂ ਉਹ ਆਪਣੀ ਗੱਡੀ ਵਿੱਚ ਸਵਾਰ ਸੀ। ਅਮਰੀਕਾ ਵੱਲੋਂ ਇਰਾਨੀ ਡਰੋਨ ਡੇਗਨ ਦਾ ਦਾਅਵਾ, ਹੋਰ ਮੁਲਕਾਂ ਨੂੰ ਇਕਜੁੱਟ ਹੋਣ ਦਾ ਸੱਦਾ। ਟਰੰਪ ਨੇ ਵਾਈਟ ਹਾਊਸ ਤੋਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਦੋਂ ਜੰਗੀ ਬੇੜੇ ਬਾਕਸਰ ਨੇ ਬਚਾਅ ਲਈ ਇਹ ਕਾਰਵਾਈ ਉਦੋਂ ਕੀਤੀ ਜਦੋਂ ਡਰੋਨ ਉਸ ਤੋਂ 918 ਮੀਟਰ ਤੋਂ ਵੀ ਘੱਟ ਦੂਰੀ 'ਤੇ ਸੀ। ਡਰੋਨ ਤੋਂ ਜਹਾਜ਼ 'ਤੇ ਉਸ ਦੇ ਕਰੂ ਮੈਂਬਰਾਂ ਨੇ ਜਾਨ ਨੂੰ ਖਤਰਾ ਸੀ। ਜਹਾਜ਼ ਦੇ ਹਮਲੇ ਨਾਲ ਡਰੋਨ ਪੂਰੀ ਤਰ੍ਹਾਂ ਤਬਾਹ ਹੋ ਗਿਆ। ਸਰਕਾਰ ਨੇ ਚੌਥੀ ਵਾਰ ਬਦਲਿਆ ਨਸ਼ਿਆਂ ਖਿਲਾਫ਼ STF ਦਾ ਮੁਖੀ, ਆਪ ਕੈਪਟਨ ਦੀ ਨੀਅਤ ਤੋਂ ਦੁਖੀ। ਕੁਲਤਾਰ ਸਿੰਘ ਨੇ ਸਪੱਸ਼ਟ ਕਿਹਾ, ਸਾਨੂੰ ਹਰਪ੍ਰੀਤ ਸਿੰਘ ਸਿੱਧੂ ਦੀ ਡਿਊਟੀ ਪ੍ਰਤੀ ਦ੍ਰਿੜਤਾ ਤੋਂ ਕੋਈ ਸ਼ੱਕ ਨਹੀਂ, ਪਰ ਕੈਪਟਨ ਅਮਰਿੰਦਰ ਸਿੰਘ ਦੀ ਨੀਅਤ 'ਚ ਖੋਟ ਸਾਫ਼ ਨਜ਼ਰ ਆ ਰਿਹਾ। ਕੇਂਦਰ ਸਰਕਾਰ ਦਾ ਅਹਿਮ ਫੈਸਲਾ, ਮਦਰ ਡੇਅਰੀ 'ਤੇ 40 ਰੁਪਏ ਕਿਲੋ ਮਿਲਣਗੇ ਟਮਾਟਰ। ਦਿੱਲੀ 'ਚ ਸਾਰੀ ਮਦਰ ਡੇਅਰੀ ਦੁਕਾਨਾਂ 'ਤੇ ਟਮਾਟਰ 40 ਰੁਪਏ ਪ੍ਰਤੀ ਕਿਲੋ ਦੀ ਕੀਮਤ ਨਾਲ ਵੇਚਣ ਦਾ ਫੈਸਲਾ ਕੀਤਾ ਗਿਆ ਹੈ। ਟਮਾਟਰ ਦੀ ਲਗਾਤਾਰ ਵੱਧ ਰਹੀ ਕੀਮਤ ਦੇ ਮੱਦੇਨਜ਼ਰ ਰੱਖਦੇ ਕੇਂਦਰ ਸਰਕਾਰ ਨੇ ਇਹ ਅਹਿਮ ਫੈਸਲਾ ਲਿਆ ਹੈ। ਹੁਣ ਡਰਾਈਵਿੰਗ ਲਾਇਸੈਂਸ ਦੇ ਨਿਯਮ ਬਦਲੇਗੀ ਮੋਦੀ ਸਰਕਾਰ। ਸੋਧ ਵਿੱਚ ਜੁਰਮਾਨਾ ਨਿਯਮ ਵਿੱਚ ਕਾਫ਼ੀ ਸਖਤ ਕਰ ਦਿੱਤੇ ਗਏ ਹਨ, ਜਿਵੇਂ ਕਿ ਸੀਟ ਬੈਲਟ ਨਾ ਪਹਿਨੇ ਹੋਣ 'ਤੇ 1000 ਰੁਪਏ, ਸਪੀਡ ਲਿਮਿਟ ਪਾਰ ਕਰਨ 'ਤੇ 5000 ਰੁਪਏ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ 'ਤੇ 10000 ਰੁਪਏ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ। ਕਹਿਰ ਬਣ ਵਰਿਆ ਮੀਂਹ, 27000 ਏਕੜ ਫਸਲ ਬਰਬਾਦ। ਫਰੀਦਕੋਟ ਦੇ ਪਿੰਡਾਂ ਦੀ ਲਗਭਗ 27000 ਏਕੜ ਰਕਬੇ ਵਿੱਚ ਖੜ੍ਹੀ ਫਸਲ ਬਰਸਾਤ ਦੇ ਪਾਣੀ ਵਿੱਚ ਡੁੱਬ ਗਈ ਹੈ। ਝੋਨੇ ਦੀ ਫਸਲ ਦੇ ਨਾਲ ਨਾਲ ਪਸ਼ੂਆਂ ਦਾ ਚਾਰਾ ਵੀ ਇਸ ਦੀ ਲਪੇਟ ਵਿੱਚ ਆ ਚੁੱਕਿਆ ਹੈ। ਹੁਣ ਫੋਨ ਰਾਹੀਂ ਹੋਵੇਗਾ ਦਿਮਾਗ ਕੰਟਰੋਲ, ਫਲੈਕਸੀਬਲ ਚਿਪ ਤਿਆਰ। ਟੈਸਲਾ ਦੇ ਚੀਫ ਐਗਜੀਕਿਊਟਿਵ ਅਤੇ ਸਪੇਨ ਐਕਸ ਦੇ ਸੰਸਥਾਪਕ ਐਲਨ ਮਸਕਾ ਦਾ ਸਟਾਰਟਅਪ ਨਿਊਰਿਕ ਇਨਸਾਨ ਦੇ ਦਿਮਾਗ ਨੂੰ ਪੜ੍ਹਨ ਅਤੇ ਉਸ ਦੀ ਬਿਮਾਰੀ ਸਮੇਂ ਕੰਟਰੋਲ ਕਰਨ 'ਤੇ ਕੰਮ ਕਰ ਰਿਹਾ ਹੈ। ਮਸਕ ਨੇ ਬੁੱਧਵਾਰ ਨੂੰ ਇਸ ਨਾਲ ਜੁੜੀ ਤਕਨੀਕ 'ਤੇ ਇੱਕ ਫਲੈਕਸੀਬਲ ਚਿਪ ਪੇਸ਼ ਕੀਤੀ ਹੈ। ਧੰਨਵਾਦ, ਇਹ ਸਨ ਕੁਝ ਅੱਜ ਦੀਆਂ ਖਾਸ ਖਬਰਾਂ। ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਦਾ ਬਟਨ ਜ਼ਰੂਰ ਦਬਾਓ। ਧੰਨਵਾਦ।